ਦਿਲ ਦੇ ਕਰੀਬ ਆ ਜਿਹੜੇ ਬੰਦੇ ਕਹਿੰਦਾ ਉਹ ਸਿਰ ਦੇ ਕਰਾਊਣ ਆ, ਸਿਰ ਦੇ ਤਾਜ ਆ ਸਾਡੇ ਦੇ ਕਹਿੰਦਾ, ਤੇ ਜਿਹੜੇ ਬੈਰੀ ਬਣੇ ਕਹਿੰਦਾ ਜੁੱਤੀ ਪੈਰਾਂ ਦੀ ਬਣਾ ਲਏ ਉਹ। ਸਹੀ ਗੱਲ ਆ ਬਾਈ, ਬਣਾ ਵੀ ਲਏ ਬਾਈ, ਇਹ 'ਚ ਵੀ ਕੋਈ ਸ਼ੱਕ ਨਹੀਂ। ਸੋ ਹੈਲੋ ਬਾਈ ਮੁੰਡਿਓ, ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ? ਹੋਪ ਸੋ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਬਾਈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰਿਐਕਟ ਕਰਨ ਜਾ ਰਹੇ ਹਾਂ ਕੈਲਾਬੂ ਸੌਂਗ 'ਤੇ, ਜੋ ਕਿ ਬਾਈ ਸਿੱਧੂ ਮੂਸੇਵਾਲੇ ਦਾ ਸਨੈਪੀ ਦਾ ਹੈਗਾ ਮਿਊਜ਼ਿਕ, ਟਰੂ ਮੇਕਰਸ ਨੇ ਬਣਾਈ ਆ ਵੀਡੀਓ। ਅਤੇ ਬਾਈ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈਗਾ ਵੀ ਆਪਾਂ ਸਿੱਧੂ ਦੇ, ਮੈਨੂੰ ਯਾਰ ਮੂਸ ਟੇਪ ਦੇ ਗਾਣੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਸੀਗੇ, ਹੈ ਨਾ, ਪਰ ਮੇਰਾ ਜੀ ਕਰਦਾ ਸੀ ਉਦੋਂ ਵੀ ਇਹ 'ਤੇ ਰਿਐਕਟ ਕਰਾਂ, ਹੈ ਨਾ, ਪਰ ਉਦੋਂ ਆਪਣਾ ਚੈਨਲ ਹੈ ਨਹੀਂ ਸੀਗਾ, ਹੈ ਨਾ, ਅਤੇ ਉਦੋਂ ਮਤਲਬ ਘੌਲ ਜੀ ਹੋ ਗਈ, ਹੈ ਨਾ, ਨਹੀਂ ਬਣਾਇਆ ਗਿਆ ਚੈਨਲ, ਅਤੇ ਮਤਲਬ ਨਹੀਂ ਬਣਾਈਆਂ ਵੀਡੀਓ। ਅਤੇ ਹੁਣ ਆਪਣਾ ਫਾਈਨਲੀ ਚੈਨਲ ਬਣਾ ਚੁੱਕਿਆ ਅਤੇ ਬਹੁਤ ਵਧੀਆ ਰਿਸਪੋਂਸ ਦੇ ਰਹੇ ਹੋ ਤੁਸੀਂ, ਅਤੇ ਇਸ ਕਰਕੇ ਬਾਈ ਮੈਂ ਸੋਚਿਆ ਵੀ ਆਪਾਂ ਸਿੱਧੂ ਮੂਸੇਵਾਲੇ ਦੇ ਬਾਈ ਪੁਰਾਣੇ ਗਾਣਿਆਂ 'ਤੇ ਵੀ ਆਪਾਂ ਰਿਐਕਟ ਕਰੀਏ। ਅਤੇ ਤੁਸੀਂ ਬਾਈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਸਿੱਧੂ ਮੂਸੇਵਾਲੇ ਦੇ ਪੁਰਾਣੇ ਸਾਰੇ ਗਾਣਿਆਂ ਦੇ ਉੱਤੇ ਰਿਐਕਟ, ਤਾਂ ਬਾਈ ਆਪਾਂ ਜ਼ਰੂਰ ਬਣਾਵਾਂਗੇ ਵੀਡੀਓ। ਅਤੇ ਆਪਾਂ ਹੁਣ ਬਾਈ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ, ਟਰੂ ਮੇਕਰਸ ਫਿਲਮ। ਹੋ ਕਿਵੇਂ ਆ ਤਾਇਆ, ਹੋਰ ਕਿਵੇਂ ਚੱਲਦੀ ਆ ਕਚਹਿਰੀ? ਭੱਜੀ ਫਿਰਦੀ ਆ, ਭੱਜੀ ਫਿਰਦੀ ਆ ਕਹਿੰਦਾ, ਔਰਤਾਂ ਲੱਗੀਆਂ ਚਾਰੇ ਪਾਸੇ, ਮੇਲਾ ਲਾਇਆ ਹੋਇਆ ਜੱਟਾਂ ਨੇ ਕਚਹਿਰੀ 'ਚ, ਆਦੇ ਆਹ ਚੱਕਾਂ ਮਰਾਉਂਦੀਆਂ, ਆਹ ਚੱਕਾਂ ਮਰਾਉਂਦੀਆਂ ਹੈਗੀਆਂ, ਮੇਲਾ ਲਾਇਆ ਹੋਇਆ ਜੱਟਾਂ ਨੇ। ਆਈ ਤੇਰਾ ਤਾਇਆ, ਆਹ ਅੰਬੈਸਡਰ 'ਚੋਂ ਕੌਣ ਨਿਕਲਿਆ? ਪਿਛਲੇ ਸਾਲ 10 ਫਾਂਸੀ ਦੇ ਹੁਕਮ ਸੁਣਾਏ ਇਹਨੇ, ਅੱਛਾ, ਬੜੇ ਬੜੇ ਵਕੀਲਾਂ ਦੀ ਜੀਭ ਗੂੰਗੀ ਤੇ ਬੜੇ ਬੜੇ ਮੁਜਰਮਾਂ ਦੇ ਪਹੁੰਚੇ ਗਿੱਲੇ ਕਰ ਦਿੰਦਾ। 10 ਫਾਂਸੀ ਦੇ ਹੁਕਮ ਸੁਣਾਇਆ ਬਾਈ, ਫਾਂਸੀ ਹੁਣ ਹੁੰਦੀ ਹੈ ਯਾਰ? ਮੈਂ ਕਿਤੇ ਸੁਣਿਆ ਸੀਗਾ ਵੀ ਕਹਿੰਦੇ ਫਾਂਸੀ ਹੁਣ ਬਹੁਤ ਘੱਟ ਮਿਲਦੀ ਆ, ਤੇ ਮਤਲਬ ਜਿਹੜੇ ਬੜੇ ਵੱਡੇ ਕ੍ਰਿਮੀਨਲ ਆ ਉਹਨਾਂ ਨੂੰ ਹੀ ਮਿਲਦੀ ਆ ਫਾਂਸੀ, ਹੈ ਨਾ, ਤੇ ਦੱਸੋ ਬਾਈ ਯਾਰ ਮੈਨੂੰ ਮਾੜਾ ਜਿਹਾ ਕਮੈਂਟਾਂ ਦੇ ਵਿੱਚ। ਤੇ ਉਹ ਪੁਲਿਸ ਵਾਲਾ ਇੱਕ ਜਣੇ ਨੂੰ ਖਿੱਚੀ ਆਉਂਦਾ, ਉਹ ਕੌਣ ਹੈ? ਇਹ ਤਾਂ ਬਿੱਲਾ ਹੈ ਆਪਣਾ, ਚੋਰੀ ਚਕਾਰੀ ਦਾ ਮਾਸਟਰ। ਓਏ ਕਿਵੇਂ ਆ ਬਿੱਲਿਆ? ਠੀਕ ਆ ਬਾਬੇ, ਪੇਸ਼ੀ ਤੋਂ ਆ ਕੇ ਮਿਲਦੇ ਆ। ਆ ਤੁਹਾਨੂੰ ਪਤਾ ਬਾਈ ਯਾਰ, ਆਹ ਮਤਲਬ ਕਿਹਦਾ ਰੈਫਰੈਂਸ ਦੇ ਰਹੇ ਹੈਗੇ, ਠੀਕ ਆ ਬਾਬੇ। ਚਲੋ ਬਾਈ, ਸਮਝਣ ਵਾਲੇ ਸਮਝ ਗਏ ਹੋਣਗੇ। ਇੱਕ ਉਹ ਦੋ ਪੁਲਿਸ ਵਾਲੇ ਖਿੱਚੀ ਆਉਂਦੇ ਨੇ ਭਲਵਾਨ ਨੂੰ, ਉਹ ਕੌਣ ਹੈ ਹੁਣ? ਇਹ ਸਾਰੇ ਵੀ ਬਾਹਲੇ ਚਮਕਦੇ ਆ, ਤਿੰਨ ਚਾਰ ਮਰਡਰ ਕੀਤੇ ਆ ਦਿਨ ਦਿਹਾੜੇ, ਠੀਕ ਤੇ ਆਇਆ ਹੁਣ। ਬਸ ਦੀਦੀ ਆ ਗਿਆ, ਕੀ ਹੋਣਾ? ਇੰਨੀ ਸਿਕਿਉਰਿਟੀ ਤਾਂ ਮੈਂ ਵੀ ਪਹਿਲੀ ਵਾਰੀ ਦੇਖੀ ਆ। ਤੁਸੀਂ ਤਾਂ ਸਾਰੀ ਪੱਤਰਕਾਰ ਦੇ ਪਰਾਂ ਨੂੰ ਭੱਜੀ ਜਾਂਦੇ ਨੇ। ਉਹ ਬੱਲੇ ਬੱਲੇ ਬੱਲੇ, ਇੰਨੀ ਪੁਲਿਸ ਆਇਆ, ਉਹ ਇਹ ਕੌਣ ਹੈ ਸਾਲਿਆ? ਤੈਨੂੰ ਹੁਣ ਦੇਖੋ ਬਾਈ, ਮਿਊਜ਼ਿਕ ਚੇਂਜ ਹੋਊਗਾ ਜਦੋਂ, ਮੰਨ ਕੇ ਚਲੋ ਸਿੱਧੂ ਮੂਸੇਵਾਲਾ ਬਾਹਰ ਉਤਰੂਗਾ ਤੇ ਬਹੁਤ ਘੈਂਟ ਵੀ ਆ ਵਾਈਬ ਆਉਂਦੀ ਆ ਬਾਈ, ਉਹ ਸੁਣ ਕੇ ਸਵਾਰ ਜਿਹਾ ਆਉਂਦਾ ਗਾਣਾ ਸੁਣਨ ਦਾ ਪੂਰਾ। ਪਤਾ ਸਿੱਧੂ ਹੈ, ਸਿੱਧੂ ਮੂਸੇਵਾਲਾ। ਹੁਣ ਇਹਦਾ ਕੀ ਕਸੂਰ ਹੈ? ਜੱਜ ਤੋਂ ਲੈ ਕੇ ਕ੍ਰਿਮੀਨਲ ਤੱਕ ਤੇ ਕ੍ਰਿਮੀਨਲ ਤੋਂ ਲੈ ਕੇ ਜੱਜ ਤੱਕ ਸਾਰੇ ਇਹਨੂੰ ਸੁਣਦੇ ਆ, ਇਹੀ ਕਸੂਰ ਹੈ ਇਹਦਾ। ਆਹ ਦੇਖੋ ਬਾਈ, ਹੁਣ ਮਿਊਜ਼ਿਕ ਦੇਖੋ ਤੁਸੀਂ। ਮੂਸ ਟੇਪ ਦਾ ਮੇਰਾ ਸਾਰਿਆਂ ਨਾਲੋਂ ਮਤਲਬ ਫੇਵਰੇਟ ਗਾਣਿਆਂ ਦੇ ਵਿੱਚੋਂ ਇਹ ਹੈਗਾ, ਹੈ ਨਾ, ਮੈਂ ਹੁਣ ਐਂ ਨਹੀਂ ਕਹਿ ਸਕਦਾ ਮੇਰਾ ਫੇਵਰੇਟ ਗਾਣਾ, ਕਿਉਂਕਿ ਬਾਈ ਯਾਰ ਇਹ ਤੋਂ ਬਿਨਾਂ ਮੈਨੂੰ ਗੋਟ ਗਾਣਾ ਵੀ ਬਹੁਤ ਜ਼ਿਆਦਾ ਪਸੰਦ ਆ, ਜਦੋਂ ਉੱਥੇ ਬਾਈ ਕਹਿੰਦਾ ਹੁੰਦਾ ਅੱਖ ਦਾ ਤੇ ਯਾਰ ਬਾਈ ਐਲ ਨਾਲ ਦਾ। ਅਤੇ ਅੱਗੇ ਦੇਖਦੇ ਹਾਂ। ਗਾਲਾਂ ਵਰਗੇ ਬਾਈ, ਗਾਲ ਤਾਂ ਵੈਸੇ ਬਹੁਤ ਘੱਟ ਦਿੱਤੀ ਆ ਸਿੱਧੂ ਮੂਸੇਵਾਲੇ ਨੇ, ਹੈ ਨਾ, ਜੇ ਦਿੰਦਾ ਵੀ ਤਾਂ ਅੰਗਰੇਜ਼ੀ ਅੰਗਰੂਜ਼ੀ ਚੀਜ਼ ਦੇ ਕੇ ਲੰਘ ਜਾਂਦਾ, ਜਿਨ੍ਹਾਂ ਦਾ ਵਾਲੇ ਜਾਣਿਆਂ ਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਵਰਗਿਆਂ ਨੂੰ। ਕੋਈ ਨਹੀਂ ਆਖਿਆ ਮੇਰਾ ਇਹ ਅਸੂਲ, ਜੇ ਕੋਈ ਪੰਗਾ ਲਊਗਾ ਸੋਰਾ
ਭੇਜਣਾ ਓ ਲੱਕ ਮੇਰਾ ਕਹਿੰਦਾ ਜਿੰਦਰੀ ਤੂੰ ਦੁਨੀਆ ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ ਓ ਲੱਕ ਮੇਰਾ ਕਹਿੰਦਾ ਜਿੰਦਰੀ ਤੂੰ ਦੁਨੀਆ ਕੰਮ ਮੇਰੇ ਆਹ ਦੇਖੋ ਵੀਡੀਓਜ਼ ਵਿੱਚ ਪਾਈਆਂ ਹੋਈਆਂ ਬਾਈ ਜਿਹੜੇ ਮੰਨ ਕੇ ਚੱਲੋ ਕੇਸਾਂ ਕੂਸਾਂ 'ਤੇ ਜਾਂਦਾ ਸੀ ਜਦੋਂ ਉਦੋਂ ਪੂਰਾ ਮੰਗਿਆ ਵਾ ਸੀ ਕੰਮ ਇਹਦਾ ਹੈ ਨਾ ਅਤੇ ਉਹ ਸਾਰੀਆਂ ਬਾਈ ਫੁਟੇਜ ਵਿੱਚ ਪਾਈਆਂ ਹੋਈਆਂ ਵੀਡੀਓ ਦੇ ਵਿੱਚ ਅਤੇ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੇ ਵਿੱਚ ਬਾਈ ਹਰੇਕ ਚੀਜ਼ ਮੰਨ ਕੇ ਚੱਲੋ ਜਿਹੜਾ ਮਤਲਬ ਕੋਈ ਇਹੋ ਜਿਹਾ ਕੰਟਰੋਵਰਸੀ ਵਾਲੇ ਟਾਈਪ ਦਾ ਹੁੰਦਾ ਹੈ ਨਾ ਗਾਣਾ ਅਤੇ ਉਹਦੇ ਵਿੱਚ ਬਾਈ ਦੇਖਣ ਨੂੰ ਮਿਲਦੀਆਂ ਹੁੰਦੀਆਂ ਓਰੀਜਨਲ ਕਲਿਪਸ ਅਤੇ ਬਹੁਤ ਘੈਂਟ ਮਿਊਜ਼ਿਕ ਆ ਬਾਈ ਗਾਣੇ ਦਾ ਯਾਰ ਫੀਲਿੰਗ ਸਿਰਾ ਸਿਰਾ ਬਾਬੇ ਸਿਰਾ ਦੁਬਾਰੇ ਸੁਣੂੰਗਾ ਯਾਰ ਇਹ ਇਹ ਪੈਰਾ ਮੇਰਾ ਫੇਵਰੇਟ ਸੀਗਾ ਇਹ ਮੇਰਾ ਫੇਵਰੇਟ ਪੈਰਾ ਬਾਈ ਧਿਆਨ ਨਾਲ ਸੁਣਿਓ ਦਿਲ ਦੇ ਕਰੀਬ ਆ ਜਿਹੜੇ ਬੰਦੇ ਕਹਿੰਦਾ ਉਹ ਸਿਰ ਦੇ ਕਰਾਊਨ ਆ ਸਿਰ ਦੇ ਤਾਜ ਆ ਸਾਡੇ ਕਹਿੰਦਾ ਅਤੇ ਜਿਹੜੇ ਵੈਰੀ ਬਣੇ ਕਹਿੰਦਾ ਜੁੱਤੀ ਪੈਰਾਂ ਦੀ ਬਣਾ ਲਏ ਉਹ ਸਹੀ ਗੱਲ ਆ ਬਾਈ ਬਣਾ ਵੀ ਲਏ ਬਾਈ ਇਹ 'ਚ ਵੀ ਕੋਈ ਸ਼ੱਕ ਨਹੀਂ ਉਹ ਪਹਿਲਿਆਂ ਦੇ ਲਈ ਆਈਫੋਨ ਰੱਖਿਆ ਦੂਜਿਆਂ ਲਈ ਰੱਖਿਆ ਬਲੈਕਬੇਰੀ ਨਹੀਂ ਪਹਿਲਿਆਂ ਦੇ ਲਈ ਆਈਫੋਨ ਰੱਖਿਆ ਦੂਜਿਆਂ ਲਈ ਰੱਖਿਆ ਬਲੈਕਬੇਰੀ ਨਹੀਂ ਬਲੈਕਬੇਰੀ ਬਾਈ ਟਰੇਸ ਨਹੀਂ ਹੁੰਦਾ ਗਾ ਜਿਹਨੂੰ ਨਹੀਂ ਪਤਾ ਵੈਸੇ ਤਾਂ ਬਹੁਤ ਜਾਣਿਆਂ ਨੂੰ ਪਤਾ ਹੋਊਗਾ ਅਤੇ ਬਲੈਕਬੇਰੀ ਦੇ ਫੋਨ ਬਹੁਤ ਜ਼ਿਆਦਾ ਘੈਂਟ ਸੀ ਕਿਹਨੇ ਕਿਹਨੇ ਯੂਜ਼ ਕੀਤਾ ਬਾਈ ਉਹ ਵੀ ਜ਼ਰੂਰ ਦੱਸਿਓ ਮੇਰੇ ਕੋਲ ਵੀ ਸੀਗਾ 8520 ਕੁਆਲਟੀ ਕੀਬੋਰਡ ਜੀ ਵਾਲਾ ਬਹੁਤ ਬੰਬ ਫੋਨ ਸੀਗਾ ਬਾਈ ਯਾਰ ਉਸ ਟਾਈਮ 'ਚ ਜਿਹੜੇ ਉਹਦੇ 'ਚ ਫੀਚਰ ਸੀਗੇ ਨਾ ਹੁਣ ਵਾਲੇ ਫੋਨਾਂ 'ਚ ਵੀ ਮਤਲਬ ਉਹ ਚੀਜ਼ਾਂ ਹੈ ਨਹੀਂ ਆ ਜਿਵੇਂ BBM ਸੀਗਾ ਹੈ ਨਾ ਉਹ ਰਟਨ ਬਟਨ ਜਾ ਉਹ 'ਚ ਕਾਫੀ ਮਤਲਬ ਇਹੋ ਜਿਹੀਆਂ ਚੀਜ਼ਾਂ ਸੀਗੀਆਂ ਅਤੇ ਬਾਕੀ ਬਾਈ ਉਹਦਾ ਜਿਹੜਾ ਮੈਸੇਂਜਰ ਹੈਗਾ ਉਹ ਤਾਂ ਜਿੱਥੋਂ ਮਰਜ਼ੀ ਜਿੱਥੇ ਮਰਜ਼ੀ ਮੈਸੇਜ ਕਰੀ ਜਾਓ ਬਾਈ ਕੋਈ ਟਰੇਸਿੰਗ ਕੁਛ ਨਹੀਂ ਹੁੰਦਾ ਉਹਦਾ ਬਾਈ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਯਾਰ ਆਪਾਂ ਹੋਰ ਗਾਣਿਆਂ ਦੀ ਵੀਡੀਓ ਬਣਾਈਏ ਸਿੱਧੂ ਮੂਸੇਵਾਲੇ ਦੇ ਪੁਰਾਣੇ ਗਾਣਿਆਂ ਦੀਆਂ ਜਾਂ ਨਾ ਬਣਾਈਏ ਬਾਈ ਜ਼ਰੂਰ ਦੱਸੋ ਯਾਰ ਇਹ ਗੱਲ ਮਾਰ ਦੂਗਾ ਇਹਦੇ ਨੀ ਕੋਈ ਗੇਲ ਭੇਜਣਾ ਨੇੜੇ ਭੇਜਣਾ ਓ ਲੱਕ ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ ਓ ਲੱਕ ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ ਬਾਈ ਆਹ ਦੇਖਿਓ ਮੈਨੂੰ ਮਾੜਾ ਜਿਹਾ ਆਹ ਸੁਣ ਕੇ ਦੱਸਿਓ ਵੀ ਇਹ ਸੱਚੀ ਮੁੱਚੀ ਕਿਸੇ ਖਬਰ ਦੇ ਵਿੱਚ ਆਇਆ ਸੀਗਾ ਕਿ ਮਤਲਬ ਵੀ ਵੈਸੇ ਗਾਣੇ ਦੇ ਵਿੱਚ ਬਣਾ ਕੇ ਪਾਇਆ ਵਾ ਪਰ ਮੈਨੂੰ ਲੱਗਦਾ ਜਿਵੇਂ ਵੀ ਯਾਰ ਇਹ ਆਵਾਜ਼ ਸੁਣੀ ਸੁਣੀ ਲੱਗਦੀ ਆ ਕਿਸੇ ਨਿਊਜ਼ ਦੇ ਨਾਲੇ ਐਂਕਰ ਦੀ ਹੈਗੀ ਇਹ ਆਵਾਜ਼ ਕਾਨੂੰਨ ਤੋੜਨੇ ਅੱਠ ਜਿਲ੍ਹਿਆਂ 'ਚ ਪੈਂਦੀਆਂ ਤਰੀਕਾਂ ਬੋਲੀਏ ਕਿਆ ਬਾਤ ਟੈਲੈਂਟ ਤਬਾਹੀ ਦੋਨੋਂ ਇਕੱਠੇ ਕਰਤੇ ਸੀ ਰੱਬ ਨੇ ਬਣਾ ਕੇ ਕੈਸਾ ਮੇਲ ਭੇਜਣਾ ਓ ਲੱਕ ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ ਕੰਮ ਮੇਰੇ ਕਹਿੰਦੇ ਤੈਨੂੰ ਓ ਲੱਕ ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ ਕੰਮ ਮੇਰੇ ਕਹਿੰਦੇ ਤੈਨੂੰ ਜੇਲ ਭੇਜਣਾ ਆਹ ਦੇਖੋ ਆਹ ਪਿੱਛੇ ਜਦੋਂ ਆਉਂਦਾ ਨਾ ਸ਼ੇਰ ਜਾ ਵਾਹ ਵਾਹ ਕਰਦਾ ਸਿਰਾ ਹੋ ਜਾਂਦਾ ਜਿਵੇਂ ਕੰਮ
ਅਤੇ ਬਹੁਤ ਘੈਂਟ ਮਿਊਜ਼ਿਕ ਸੀਗਾ ਗਾਣੇ ਦਾ, ਮਿਊਜ਼ਿਕ ਨੈਕਸਟ ਲੈਵਲ ਸੀ ਬਾਈ, ਸਨੈਪੀ ਸਿਰਾ ਕਰਾਉਂਦਾ ਜਾ ਮੈਂ ਯਾਰ ਮਿਊਜ਼ਿਕ ਵਾਲਾ। ਇਹ ਤਾਂ ਯਾਰ ਮੈਨੂੰ ਨੌਲੇਜ ਹੀ ਘੱਟ ਹੈਗੀ ਮਿਊਜ਼ਿਕ ਬਾਰੇ, ਹੈ ਨਾ, ਅਤੇ ਨਹੀਂ ਮੈਂ ਤੁਹਾਨੂੰ ਦੱਸਿਆ ਕਰਾਂ ਪੂਰਾ ਟਿਕਾ ਕੇ। ਅਤੇ ਬਾਕੀ ਆਪਾਂ ਵੀਡੀਓ ਬਾਰੇ ਤੁਹਾਨੂੰ ਜ਼ਰੂਰ ਦੱਸ ਸਕਦੇ ਹਾਂ ਬਾਈ, ਵੀਡੀਓ ਬਹੁਤ ਜ਼ਿਆਦਾ ਬੰਬ ਸੀਗੀ, ਪੂਰੀ ਸਿਰਾ ਸਵਾਦ ਆਉਂਦਾ ਪੂਰਾ ਸੁਣ ਕੇ ਬਾਈ। ਸਿੱਧੂ ਮੂਸੇਵਾਲੇ ਦੇ ਗਾਣੇ ਹੀ ਇਹੋ ਜਿਹੇ ਹੁੰਦੇ ਆ, ਮਤਲਬ ਅਲੱਗ ਜਿਹੀ ਫੀਲਿੰਗ ਆਉਂਦੀ ਆ ਬੰਦੇ ਨੂੰ ਸੁਣ ਕੇ ਵੀ ਸਿਹਰਾ ਆਪਾਂ ਤਾਂ ਬਸ ਹੁਣ ਆਪਣੇ ਤੋਂ ਉੱਤੇ ਕੋਈ ਨਹੀਂ। ਅਤੇ ਇਹ ਜ਼ਰੂਰੀ ਵੀ ਆ ਬਾਈ, ਹਰੇਕ ਬੰਦੇ ਨੂੰ ਆਪਦੇ 'ਤੇ ਵਿਸ਼ਵਾਸ ਹੋਣਾ ਜ਼ਰੂਰੀ ਆ, ਹੈ ਨਾ। ਬਹੁਤ ਘੈਂਟ ਸੀਗਾ ਐਂਟਰਟੇਨਮੈਂਟ ਦੇ ਤੌਰ 'ਤੇ, ਕਿਉਂਕਿ ਤਾਂ ਬਾਈ ਜਮਾਂ ਸਿਰਾ ਗਾਣਾ ਸੀਗਾ। ਅਤੇ ਬਾਕੀ ਬਾਈ ਮੈਨੂੰ ਬਹੁਤ ਘੈਂਟ ਲੱਗਾ ਇੱਕ ਗਾਣਾ, ਅਤੇ ਤੁਸੀਂ ਬਾਈ ਜ਼ਰੂਰ ਦੱਸੋ ਵੀ ਯਾਰ ਆਪਾਂ ਇਹੋ ਜਿਹੇ ਗਾਣੇ ਪੁਰਾਣੇ ਗਾਣਿਆਂ ਦੀ ਰਿਐਕਸ਼ਨ ਵੀਡੀਓ ਲੈ ਕੇ ਆਈਏ ਜਾਂ ਨਾ ਲੈ ਕੇ ਆਈਏ, ਅਤੇ ਜਿਵੇਂ ਕਹੋਗੇ ਉਵੇਂ ਕਰ ਲਾਂਗੇ ਆਪਾਂ ਤਾਂ। ਅਤੇ ਬਾਕੀ ਬਾਈ ਆਹ ਗਾਣੇ ਨੂੰ ਜ਼ਰੂਰ ਸ਼ੇਅਰ ਕਰਿਓ, ਆਪਣੀ ਵੀਡੀਓ ਨੂੰ ਹਰੇਕ ਬੰਦੇ ਤੱਕ ਪਹੁੰਚਾ ਦਿਓ, ਆਪਦੇ ਯਾਰਾਂ ਦੋਸਤਾਂ ਤੱਕ ਸਾਰਿਆਂ ਤੱਕ ਪਹੁੰਚਾ ਦਿਓ, ਚੱਕ ਦਿਓ ਫੱਟੇ ਸ਼ੇਅਰ ਸ਼ੂਰ ਕਰਨ ਵਾਲੇ। ਇੱਕ ਗੱਲ ਹੋਰ ਆ ਵੀ ਜਿਹੜੇ ਬੰਦੇ ਕਈ ਇੱਥੇ ਵਿਦਵਾਨ ਵੀ ਫਿਰਦੇ ਹੁੰਦੇ, ਹੈ ਨਾ, ਜਿਹੜੇ ਕਹਿੰਦੇ ਗੰਨ ਕਲਚਰ ਨੂੰ ਪ੍ਰਮੋਟ ਕਰਦਾ, ਹੈ ਨਾ, ਸਿੱਧੂ ਇਹ ਕਰਦਾ ਜਾਂ ਉਹ ਕਰਦਾ ਜਾਂ ਕਲਾਕਾਰ ਸਾਰੇ ਐਂ ਕਰਦੇ, ਹੈ ਨਾ, ਗੰਨ ਕਲਚਰ ਨੂੰ ਪ੍ਰਮੋਟ ਕਰਦੇ ਆ। ਜੇ ਤੁਸੀਂ ਚਾਹੁੰਦੇ ਹੋ, ਆਪਣੇ ਕੋਲ ਜਵਾਬ ਹੈਗੇ ਇਹਨਾਂ ਸਾਰਿਆਂ ਦੇ, ਜੇ ਤੁਸੀਂ ਕਮੈਂਟਾਂ 'ਚ ਦੱਸੋਗੇ, ਹੈ ਨਾ, ਤਾਂ ਆਪਾਂ ਇਹਨਾਂ ਨੂੰ ਜਵਾਬ ਦੇਵਾਂਗੇ ਅਤੇ ਇਹਨਾਂ ਨੂੰ ਦੱਸਾਂਗੇ ਵੀ ਗੰਨ ਕਲਚਰ ਕੀ ਆ, ਕਿਵੇਂ ਸ਼ੁਰੂ ਹੋਇਆ, ਕੀ ਸਾਰਾ ਕੁਛ ਹੋਇਆ, ਅਤੇ ਆਪਾਂ ਬਈ ਉਹਦੇ 'ਤੇ ਜ਼ਰੂਰ ਵੀਡੀਓ ਬਣਾਵਾਂਗੇ। ਆਪਣੇ ਕੋਲ ਜਵਾਬ ਸਾਰਿਆਂ ਦੇ ਹੈਗੇ ਆ, ਠੀਕ ਆ ਨਾ, ਅਤੇ ਦੱਸਿਓ ਜ਼ਰੂਰ ਬਾਈ ਕਮੈਂਟ ਕਰਕੇ। ਅਤੇ ਇਹ ਸੀ ਬਾਈ ਆਪਣੀ ਅੱਜ ਦੀ ਵੀਡੀਓ, ਜੇ ਤੁਹਾਨੂੰ ਵੀਡੀਓ ਲੱਗੀ ਵਧੀਆ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਆਪਣੇ ਨੂੰ ਕਰ ਦਿਓ ਸਬਸਕ੍ਰਾਈਬ, ਨਾਲ ਲੱਗਿਆ ਘੰਟੀ ਦਾ ਬਟਨ ਵੀ ਦੱਬ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਥੈਂਕਸ ਫੋਰ ਵਾਚਿੰਗ ਗਾਈਜ਼।